ਰਿਜ਼ਕ ਹਰ ਜਗ੍ਹਾ ਨਹੀਂ ਪਿਆ। ਮਨੁੱਖ ਜਿੱਥੇ ਬੈਠਾ ਜ਼ਰੂਰੀ ਨਹੀਂ ਉਸਦਾ ਰਿਜ਼ਕ ਵੀ ਉੱਥੇ ਹੋਵੇ। ਰਿਜ਼ਕ ਜਿੱਥੇ ਹੋਵੇਗਾ, ਇਸ ਰੋਟੀ ਦੇ ਪੁਤਲੇ ਨੂੰ ਉੱਥੇ ਜਾਣਾ ਪਵੇਗਾ। ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਝ ਬਿਆਨ ਕਰਦੇ ਨੇ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏ। ਇਹ ਸੱਚਾਈ ਹੈ। ਰਿਜ਼ਕ ਜਿੱਥੇ ਹੈ, ਦਾਣੇ ਜਿੱਥੇ ਹੈ, ਕਿਰਤ ਧੱਕੇ ਮਾਰ ਕੇ ਉੱਥੇ ਲੈ ਜਾਏ, ਲੈ ਜਾਏ, ਲੈ ਜਾਏ, ਕਿਰਤ ਧੱਕੇ। ਰਿਜ਼ਕ ਹਰ ਜਗ੍ਹਾ ਨਹੀਂ ਪਿਆ, ਰਿਜ਼ਕ ਲੱਭਣਾ ਪਿਆ ਜਿੱਥੇ ਪਿਆ, ਟੋਲਣਾ ਪਿਆ। ਕੁਦਰਤ ਚਾਹੁੰਦੀ ਹੈ ਕੁਛ ਕਰੇ, ਮਿਹਨਤ ਕਰੇ, ਜਿੱਥੇ ਰਿਜ਼ਕ ਪਿਆ ਉੱਥੇ ਲੱਭੇ। ਮਨੁੱਖ ਦੇ ਅੰਦਰ ਸਭ ਤੋਂ ਵੱਡੀ ਚਿੰਤਾ ਵੀ ਰਿਜ਼ਕ ਦੀ, ਰੋਟੀ ਦੀ। ਬਗੌਰ ਮੁਤਾਬਕ ਕਾਰਨ, ਪਾਣੀ ਦੇ ਤੇ ਦਰਿਆ ਚੱਲਦੇ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਪਾਣੀ ਦੀ ਤੇ ਬਾਰਿਸ਼ ਆਉਂਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਕਮਾਉਣੀ ਪੈਂਦੀ ਹੈ, ਲੱਭਣੀ ਪੈਂਦੀ ਹੈ। ਪਾਣੀ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਆਕਸੀਜਨ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਹਵਾ ਦੀ ਚਿੰਤਾ ਨਹੀਂ ਹੈ ਇਤਨੀ ਮਨੁੱਖ ਨੂੰ, ਰੋਟੀ ਦੀ ਚਿੰਤਾ ਲੱਭਣੀ ਪੈਂਦੀ ਹੈ। ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏ। ਬਹੁਤ ਪੁਰਾਣੀ ਗੱਲ ਯਾਦ ਆਉਂਦਾ ਜੀ, ਜਦਕਿ ਅਸੀਂ ਇਸ ਤਰ੍ਹਾਂ ਦੀ ਕਥਾ ਚੱਲੇ ਯਾਦ ਆਉਂਦੀ। ਆਸਨ ਸੋਲ ਤੋਂ ਮੈਂ ਸਵੇਰੇ ਟ੍ਰੇਨ 'ਤੇ ਉਤਰਿਆ, ਸੀਸਗੰਜ ਸਾਹਿਬ ਵਿੱਚ ਨਹਾ ਧੋ ਕੇ ਮੈਂ ਅੰਦਰ ਮੱਥਾ ਟੇਕਣ ਗਿਆ ਅਤੇ ਗਿਆਨੀ ਮਾਨ ਸਿੰਘ ਜੀ ਜੌਹਰ ਕਥਾ ਕਰ ਰਹੇ ਸਨ। 30-40 ਸਾਲ ਪਹਿਲੇ ਕੋਈ ਚੰਗੇ ਬਜ਼ੁਰਗ ਕਥਾਵਾਚਕ ਸਨ, ਸਿਆਣੇ ਅਰਥ ਬੋਧ ਦੇ ਗਿਆਤੇ, ਪ੍ਰਿੰਸੀਪਲ ਗੰਗਾ ਸਿੰਘ, ਬੇਦੀ ਬਿਰਜ ਵੱਲਭ ਸਿੰਘ, ਗਿਆਨੀ ਬਾਦਲ ਸਿੰਘ, ਗਿਆਨੀ ਰਣਜੀਤ ਸਿੰਘ ਜੀ ਪਾਰਸ, ਗਿਆਨੀ ਮਾਨ ਸਿੰਘ ਜੀ ਜੌਹਰ। ਅੱਜ ਤੇ ਸਵੇਰੇ ਟੇਪ ਸੁਣਦੇ ਨੇ, ਸ਼ਾਮ ਨੂੰ ਸੁਣਾ ਦਿੰਦੇ ਨੇ, ਸ਼ਾਮ ਨੂੰ ਟੇਪ ਸੁਣਦੇ ਨੇ, ਸਵੇਰੇ ਸੁਣਾ। ਕੋਈ ਮਿਹਨਤ ਨਹੀਂ, ਕੋਈ ਸਾਧਨਾ ਨਹੀਂ, ਕੋਈ ਤਪੱਸਿਆ ਨਹੀਂ, ਕੋਈ ਆਲੇ ਦੁਆਲੇ ਦੀ ਖੋਜ ਨਹੀਂ। ਇਹ ਚੰਗੇ ਅਨੁਭਵੀ ਪੁਰਸ਼ ਸਨ। ਮਾਨ ਸਿੰਘ ਜੀ ਜੌਹਰ ਜਗਤ ਦੀ ਬਨਾਵਟ, ਸਜਾਵਟ ਤੇ ਪਰਲੇ ਇਹਦੇ ਉੱਤੇ ਬੋਲ ਰਹੇ ਸਨ। ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਪ ਬਜ਼ੁਰਗ ਸਨ। ਅਤੇ ਮੈਂ ਉਹਨਾਂ ਦਿਨਾਂ ਦੀ ਗੱਲ ਕਰਦਾ ਪਿਆ ਜਦ ਮੇਰੀ ਚੜ੍ਹਦੀ ਜਵਾਨੀ ਸੀ, ਉਹ ਬਿਰਧ ਸਨ, 84-85 ਸਾਲ ਦੇ ਬਜ਼ੁਰਗ ਸਨ। ਮੇਰੇ ਨਾਲ ਪਿਆਰ ਵੀ ਬਣਿਆ ਸੀ ਉਹਨਾਂ ਦਾ। ਮੱਥਾ ਟੇਕ ਕੇ ਮੈਂ ਬੈਠ ਗਿਆ, ਭਾਵੇਂ ਮੈਂ ਜਲਦੀ ਜਾਣਾ ਸੀ ਪਰ ਮੈਂ ਨਹੀਂ ਬਜ਼ੁਰਗਾਂ ਨੂੰ ਸੁਣਨਾ। ਉਹਨਾਂ ਨੇ ਪਹਿਲੇ ਇਸਲਾਮੀ ਮਤ ਦੇ ਮੁਤਾਬਕ ਦੱਸਿਆ, ਜਗਤ ਦੀ ਸਿਰਜਣਾ, ਜਗਤ ਦਾ ਟਿਕਣਾ, ਜਗਤ ਦੀ ਪਰਲੇ। ਫਿਰ ਸਨਾਤਨੀ ਮਤ ਨੂੰ ਲਿਆ, ਬ੍ਰਹਮਾ ਜਗਤ ਦੀ ਸਾਜਨਾ ਕਰਦਾ, ਸ਼ੰਕਰ ਜਗਤ ਦੀ ਪਰਲੇ ਕਰਦਾ,
ਵਿਸ਼ਨੂੰ ਜਗਤ ਦੀ ਪਾਲਣਾ ਕਰਦਾ। ਇਸ ਕਹਾਣੀ ਨੂੰ ਉਹਨਾਂ ਨੇ ਜ਼ਰਾ ਰੋਚਕਤਾ ਦੇ ਦਿੱਤੀ। ਇਤਿਹਾਸ ਹੈ, ਇਤਿਹਾਸ ਨਹੀਂ, ਪਰ ਪ੍ਰਾਚੀਨ ਰਿਸ਼ੀ ਮੁਨੀਆਂ ਦੇ ਸਮਝਾਉਣ ਦਾ ਇਹ ਬੜਾ ਢੰਗ ਸੀ, ਬਹੁਤ ਅੱਛਾ ਢੰਗ ਸੀ। ਸਿੱਧਾ ਕੱਕਾ ਅੱਖਰ ਨਹੀਂ ਪੜ੍ਹਾਉਂਦੇ ਸਨ, ਕਹਿੰਦੇ ਸਨ ਕੱਕਾ ਕਲਮ, ਚੱਚਾ ਚੱਕ, ਛੱਛਾ ਛਤਰੀ। ਇਹ ਛਤਰੀ ਨੂੰ ਵੇਖੇ ਤੈਨੂੰ ਅੱਖਰ ਦਾ ਬੋਧ, ਕਹਾਣੀਆਂ ਸੁਣੇ ਤੈਨੂੰ ਸੱਚਾਈ ਦਾ ਪਤਾ ਚੱਲ। ਸਮਝਾਉਣ ਦਾ ਢੰਗ ਸੀ, ਕਿਉਂਕਿ ਧਾਰਮਿਕ ਤੌਰ 'ਤੇ ਮਨੁੱਖ ਹਮੇਸ਼ਾ ਹੀ ਬੱਚਾ ਰਹਿੰਦਾ, ਕਰੀਬਨ ਰਾਜਨੀਤਿਕ ਤੌਰ 'ਤੇ ਤਾਂ ਬਜ਼ੁਰਗ ਹੋ ਜਾਂਦਾ ਹੈ, ਰਾਜਨੀਤੀ ਦੇ ਬੜੇ ਦਾਓ ਪੇਚ ਇਸ ਨੂੰ ਆਉਂਦੇ ਨੇ, ਆਰਥਿਕ ਤੌਰ 'ਤੇ ਵੀ ਬੜਾ ਸਿਆਣਾ ਹੁੰਦਾ, ਧਨ ਕਿਵੇਂ ਕਮਾਉਣਾ, ਪਰ ਧਰਮ ਕਿਵੇਂ ਕਮਾਉਣਾ ਹੈ, ਮਰਦੇ ਦਮ ਤੱਕ ਬੱਚੇ ਦਾ ਬੱਚਾ ਹੀ ਬਣਿਆ ਰਹਿੰਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਮਜਬੂਰਨ ਮਹਾਂਪੁਰਸ਼ਾਂ ਨੂੰ ਕਹਾਣੀਆਂ ਨਾਲ ਸਮਝਾਉਣਾ ਪੈਂਦਾ, ਸੁਣਾਉਣਾ ਪੈਂਦਾ। ਸਨਾਤਨ ਮਤ ਦੇ ਇਸ ਮਿਥਿਹਾਸ ਨੂੰ ਮਾਨ ਸਿੰਘ ਜੀ ਜੋ ਸੁਣਾ ਰਹੇ ਸਨ, ਬ੍ਰਹਮੇ ਦੀ ਲੰਬੀ ਚੌੜੀ ਗੱਲ ਕਰ ਔਰ ਸ਼ਿਵ ਜੀ ਦੇ ਸੁਭਾਅ ਨੂੰ ਵਰਣਨ ਕਰਨ ਤੋਂ ਬਾਅਦ ਸੁਣਾਉਣ ਲੱਗੇ ਵਿਸ਼ਨੂੰ ਜੀ ਦੀ ਗੱਲ। ਵੀ ਵਿਸ਼ਨੂੰ ਜਦ ਸਾਰਿਆਂ ਦਾ ਰਿਜ਼ਕ ਬਣਾਉਣ ਲੱਗਾ, ਲੈਣ ਬੜੀ ਲੰਬੀ ਸੀ, ਪਸ਼ੂਆਂ ਦੀ ਲੈਣ, ਪੰਛੀਆਂ ਦੀ ਲੈਣ, ਕੀੜੇ ਮਕੌੜਿਆਂ ਦੀ ਕਤਾਰ। ਮਾਨ ਸਿੰਘ ਜੀ ਚੌਰ ਕਹਿੰਦੇ ਨੇ ਫਿਰ ਮਨੁੱਖਾਂ ਦੀ ਕਤਾਰ ਲੈਣ, ਕਹਿੰਦਾ ਮੈਂ ਵੀ ਉਸੇ ਕਤਾਰ 'ਚ ਖੜਾ ਹੋ ਗਿਆ, ਕਿਉਂਕਿ ਰਿਜ਼ਕ ਮੈਨੂੰ ਵੀ ਚਾਹੀਦਾ ਸੀ, ਰੋਟੀ ਮੈਨੂੰ ਵੀ ਚਾਹੀਦੀ ਸੀ। ਉਹਨਾਂ ਦੇ ਕਹਿਣ ਦਾ ਆਪਣਾ ਢੰਗ ਮੈਂ ਤੁਹਾਨੂੰ ਪਹਿਲੇ ਦੱਸੀ। ਇਸ ਰੋਚਕਤਾ ਨੂੰ ਬਿਆਨ ਕਰਨਾ ਇਹ ਉਹਨਾਂ ਦਾ ਸੁਭਾਅ ਸੀ। ਕਹਿੰਦਾ ਉਡੀਕ ਕਰਦਾ ਰਿਹਾ। ਵਿਸ਼ਨੂੰ ਕੀ ਕਰਦੇ ਸਨ, ਦੋ ਮੁੱਠੀਆਂ ਦਾਣੇ ਭਰਦੇ ਸਨ, ਕਿਸੇ ਦੀ ਚੌਲੀ 'ਚ ਦੋ ਮੁੱਠੀਆਂ ਪਾ ਦਿੰਦੇ ਸਨ, ਕਿਸੇ ਦੀ ਚੌਲੀ 'ਚ ਇੱਕ ਮੁੱਠੀ ਪਾ ਦਿੰਦੇ ਸਨ, ਕਿਸੇ ਦੀ ਚੌਲੀ 'ਚ ਅੱਧੀ ਮੁੱਠੀ ਪਾਉਂਦੇ ਸਨ ਅਤੇ ਚਲਤਾ ਕਰੀ ਜਾਂਦੇ ਸਨ, ਵੰਡ ਇਸ ਤਰ੍ਹਾਂ ਪੇ ਕਰਦੇ ਸਨ। ਇਹਨੂੰ ਉਰਦੂ ਦਾ ਸ਼ਾਇਰ ਕਹਿੰਦਾ ਹੈ, ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ। ਕੁਦਰਤ ਨੇ, ਪ੍ਰਭੂ ਨੇ ਤਕਸੀਮ ਕੀਤਾ, ਵੰਡਿਆ ਅਜ਼ਲ ਤੋਂ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਏ। ਕਾਬਲੀਅਤ ਦੇਖੀ, ਅਗਲੇ ਦੀ ਝੋਲੀ ਦੇਖੀ, ਅਗਲੇ ਦੀ ਪਾਤਰਤਾ ਦੇਖੀ, ਤੇ ਪ੍ਰਮਾਤਮਾ ਉਂਝ ਪਾਉਂਦਾ, ਇਹਦੇ ਕੋਲ ਤੇ ਕੌਲੀ ਹੈ, ਇਹਦੇ ਕੋਲ ਲੋਟਾ ਹੈ, ਇਹਦੇ ਕੋਲ ਗਲਾਸ ਹੈ, ਇਹਦੇ ਕੋਲ ਤੇ ਵੱਡਾ ਥਾਲ ਹੈ, ਇਹਦੇ ਕੋਲ ਤੇ ਬਹੁਤ ਵੱਡੀ ਬਾਲਟੀ ਹੈ, ਇਹਦੇ ਕੋਲ ਤੇ ਬਹੁਤ ਵੱਡਾ ਡੋਲ ਹੈ। ਜਿਸ ਤਰ੍ਹਾਂ ਦੀ ਪਾਤਰਤਾ ਸੀ, ਸਭ ਦੀ ਭਰੀ ਜਾਂਦੀ ਸੀ, ਕੌਲੀ ਵੀ ਭਰ ਦਿੰਦਾ ਸੀ, ਲੋਟਾ ਵੀ ਭਰ ਦਿੰਦਾ ਸੀ, ਡੋਲ ਵੀ ਭਰ ਦਿੰਦਾ ਸੀ, ਪਰ ਦਿੰਦਾ ਉਸ ਢੰਗ ਨਾਲ ਸੀ ਜਿਹਦੇ ਕੋਲ ਜਿਸ ਤਰ੍ਹਾਂ ਦੀ ਪਾਤਰਤਾ ਸੀ, ਜਿਸ ਤਰ੍ਹਾਂ ਦਾ ਭਾਂਡਾ ਸੀ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ। ਬੁਲਬੁਲ ਕੋ ਦੀਆ ਨਾਲਾ ਤੋ ਪਰਵਾਨੇ ਕੋ ਜਲਨਾ, ਗਮ ਹਮ ਕੋ ਦੀਆ ਸਭਸੇ ਜੋ ਮੁਸ਼ਕਿਲ ਨਜ਼ਰ ਆਇਆ। ਸਾਰੀ ਦੁਨੀਆਂ ਦੀਆਂ ਚਿੰਤਾਵਾਂ ਤੇ ਗਮ ਗਹਿਰਾਈਆਂ
ਤੇ ਸੋਚਣੀਆਂ ਇਹ ਪਰਮਾਤਮਾ ਨੇ ਮੇਰੀ ਝੋਲੀ 'ਚ ਪਾ ਦਿੱਤੀਆਂ, ਕਿਉਂਕਿ ਮੇਰੀ ਪਾਤਰਤਾ ਇਹੀ ਸੀ, ਮੇਰਾ ਭਾਂਡਾ ਇਸ ਤਰ੍ਹਾਂ, ਮੇਰੇ ਕੋਲ ਬਰਤਨ ਇਸ ਤਰ੍ਹਾਂ ਦੇ ਸੀ। ਵਿਸ਼ਨੂੰ ਦੋ ਮੁੱਠੀਆਂ ਇੰਝ ਭਰਦਾ ਹੈ, ਕਿਸੇ ਦੀ ਝੋਲੀ 'ਚ ਦੋ, ਕਿਸੇ ਦੀ ਇੱਕ, ਕਿਸੇ ਦੀ ਅੱਧੀ, ਚਲਦਾ ਕਰੀ ਜਾਂਦਾ ਸੀ। ਮਾਨ ਸਿੰਘ ਜੀ ਕਹਿੰਦੇ ਨੇ ਆਖਿਰ ਫਿਰ ਮੇਰਾ ਵੀ ਨੰਬਰ ਆ ਗਿਆ, ਲੈਂਦੇ ਜੋ ਸੀ ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ। ਹੇ ਦੇਵਤਾ, ਹੇ ਭਗਵਾਨ, ਮੇਰੀ ਝੋਲੀ 'ਚ ਵੀ ਪਾਓ। ਉਹਨਾਂ ਨੇ ਦੋ ਮੁੱਠੀਆਂ ਭਰੀਆਂ ਤੇ ਇੰਜ ਖਲੇਰ ਦਿੱਤੀਆਂ। ਆਖਿਆ ਮਾਨ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ, ਹੁਣ ਆਪੇ ਹੀ ਚੁਣ ਲੈ ਜਾ। ਕਹਿੰਦਾ 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏ। ਇਹ ਗੱਲ ਮੈਨੂੰ ਅਜੇ ਤੱਕ ਕਹਿਣ ਲੱਗੇ 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਇਹ ਇੱਕ ਬੜੀ ਪ੍ਰਬਲ ਸੱਚਾਈ ਹੈ ਕਿ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਇਹ ਤਨ ਰੋਟੀ ਹੈ, ਬਣਿਆ ਰੋਟੀ ਤੋਂ ਹੈ, ਜੀਵੇਗਾ ਵੀ ਰੋਟੀ ਦੇ ਆਸਰੇ ਤੇ। ਰੋਟੀ ਲੱਭਣੀ ਪੈਗੀ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਰੋਟੀ ਕਮਾਉਣੀ ਪੈਗੀ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਕਿਰਤ ਧੱਕੇ ਦੇ, ਕਿਰਤ ਕਰਨੀ ਪੈਗੀ, ਮਿਹਨਤ ਕਰਨੀ ਪੈਗੀ, ਲੱਭਣੀ ਪੈਗੀ। ਤੂੰ ਚੂੰਕਿ ਲੱਭਣੀ ਪੈਂਦੀ ਹੈ, ਤੂੰ ਸਭ ਤੋਂ ਵੱਡੀ ਚਿੰਤਾ ਵੀ ਬੰਦੇ ਦੇ ਅੰਦਰ ਰਿਜ਼ਕ ਦੀ, ਹੋਰ ਕੁਛ ਵੀ ਨਹੀਂ। ਮੇਰੇ ਦੇਖੇ ਤੇ ਗੁਸਤਾਖੀ ਮਾਫ, ਬਾਰ ਬਾਰ ਮਾਫ ਕਰ ਦੇਣਾ। ਨੋਟਾਂ ਦੇ ਬੰਡਲ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ। ਮੇਰੇ ਪੁੱਤਰਾਂ ਨੂੰ ਵੀ ਮਿਲਦੀ ਰਹੇ, ਪੋਤਰਿਆਂ ਨੂੰ ਵੀ ਮਿਲਦੀ ਰਹੇ, ਪੜਪੋਤਰਿਆਂ ਨੂੰ ਵੀ, ਗੱਲ ਸਾਰੀ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ, ਕੁਛ ਵੀ। ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਰਿਜ਼ਕ ਤੂੰ ਲੱਭ, ਲੇਕਿਨ ਚਿੰਤਾ ਨਾ ਕਰ, ਰਿਜ਼ਕ ਦੀ ਚਿੰਤਾ ਨਾ ਕਰ, ਤਲਾਸ਼ ਤੇ ਕਰ, ਮਿਹਨਤ ਤੇ ਕਰ, ਪਰ ਚਿੰਤਾ ਨਾ ਕਰ। ਕਿਉਂ ਚਿੰਤਾ ਕਿਉਂ ਨਾ ਕਰੀਏ? ਤੋ ਸਤਿਗੁਰ ਸਮਝਾਉਂਦੇ ਨੇ, ਪਹਿਲੇ ਦੇਤੇ ਰਿਜ਼ਕ ਸੰਭਾਹਾ, ਪਾਛੇ ਦੇਤੇ ਜੰਤ ਉਪਾਹਾ। ਜੀਵ ਦਾ ਜਨਮ ਬਾਅਦ ਦੇ ਚ ਆਉਂਦਾ, ਰਿਜ਼ਕ ਉਸਦਾ ਪਹਿਲੇ ਬਣੇ, ਸਿਰਫ ਲੱਭਣਾ ਪੈਂਦਾ। ਤੇ ਜਦ ਰਿਜ਼ਕ ਪਹਿਲੇ ਹੀ ਬਣਿਆ ਹੁੰਦਾ ਤੇ ਫਿਰ ਚਿੰਤਾ ਕਿਉਂ? ਜੀਵ ਤੋਂ ਪਹਿਲੇ ਜੀਵ ਦਾ ਰਿਜ਼ਕ। ਇਹਦੇ ਉੱਤੇ ਇਰਾਨੀ ਸੂਫੀ ਸੰਤ ਨੇ ਬੜੀ ਬਾਕਮਾਲ ਦਲੀਲ ਦਿੱਤੀ ਹੈ। ਉਹ ਕਹਿੰਦਾ ਹੈ ਗਮੇ ਰੋਜ਼ੀ ਮਖੁਰ, ਰਿਜ਼ਕ ਦਾ ਗਮ ਬਿਲਕੁਲ ਨਾ ਕਰ, ਉੱਕੇ ਨਾ ਕਰ, ਸ਼ੇਖ ਸਾਹਿਬ ਭੁੱਲ ਕੇ ਵੀ ਨਾ ਕਰ, ਰੋਟੀ ਦਾ ਗਮ ਨਾ ਕਰ। ਰੋਟੀ ਲੱਭ, ਰੋਟੀ ਕਮਾ, ਗਮ ਨਾ ਕਰ। ਗਮੇ ਰੋਜ਼ੀ ਮਖੁਰ, ਮਜ਼ਨ ਔਰਾ ਕੇ ਦਫ਼ਤਰ ਰਾ,
ਕੇ ਪੇਸ਼ੇ ਅਸਤਿ ਫਲ ਏ ਰੱਦ ਕਲ ਕੁਨਦ ਪਸਤਾਨੇ ਮਾਦਰ ਰਾ ਦੇਖਦਾ ਨਹੀਂ ਮਾਂ ਦੇ ਅਸਤਣਾਂ ਦੇ ਚ ਦੁੱਧ ਪਹਿਲੇ ਆ ਜਾਂਦਾ ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ ਤੈਨੂੰ ਇਤਨੀ ਅਕਲ ਨਹੀਂ ਆਈ ਤੈਨੂੰ ਇਤਨੀ ਸਮਝ ਨਹੀਂ ਆਈ ਸ਼ੇਖ ਸਾਹਿਬ ਜੀ ਕਿ ਪੇਸ਼ੇ ਅਸਤਿ ਫਲ ਏ ਰੱਦ ਤੇ ਫਲ ਬੱਚੇ ਨੂੰ ਕਹਿੰਦੇ ਕਿ ਪੇਸ਼ੇ ਅਸਤਿ ਫਲ ਏ ਰੱਦ ਕਲ ਕੁਨਦ ਪਸਤਾਨੇ ਮਾਦਰ ਰਾ ਮਾਂ ਦੇ ਅਸਤਣਾਂ ਦੇ ਚ ਦੁੱਧ ਪਹਿਲੇ ਆ ਜਾਂਦਾ ਹੈ ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ ਹੈ ਮਨੁੱਖ ਰਿਜ਼ਕ ਤੇਰਾ ਪਹਿਲੇ ਬਣਿਆ ਪਿਆ ਜਨਮ ਤੇਰਾ ਬਾਅਦ ਵਿੱਚ ਆਉਂਦਾ ਤੂੰ ਇਸ ਤੋਂ ਸਮਝ ਲੈ ਚਿੰਤਾ ਨਾ ਕਰ ਇਹ ਠੀਕ ਹੈ ਤਨ ਰੋਟੀ ਔਰ ਕੁਛ ਵੀ ਨਹੀਂ ਤੇ ਸਭ ਕੁਛ ਜੋ ਤਨ ਨੂੰ ਹੀ ਮਨ ਬੈਠਾ ਉਹਦੇ ਲਈ ਰਿਜ਼ਕ ਹੀ ਸਭ ਕੁਛ ਹੈ ਤੂੰ ਇਹ ਰੋਟੀ ਲਈ ਧਰਮ ਗਵਾ ਸਕਦਾ ਰੋਟੀ ਲਈ ਇਮਾਨ ਵੇਚ ਸਕਦਾ ਰੋਟੀ ਲਈ ਸਭ ਕੁਛ ਵੇਚ ਸਕਦਾ ਕੌਮ ਵੇਚ ਸਕਦਾ ਦੇਸ਼ ਵੇਚ ਸਕਦਾ ਸਭ ਕੁਛ ਵੇਚ ਰਿਜ਼ਕ ਕਰਕੇ ਹੀ ਆਉਂਦਾ ਔਰ ਕਿਸ ਕਰਕੇ ਧੋਖਾ ਦੇ ਸਕਦਾ ਛਲ ਕਰ ਸਕਦਾ ਕਪੜ ਕਰ ਸਕਦਾ ਮਸਲਾ ਸਾਰਾ ਰੋਟੀ ਔਰ ਕੁਛ ਵੀ ਖਾਣੀਆਂ ਦੋ ਰੋਟੀਆਂ ਹੀ ਹੁੰਦੀਆਂ ਔਰ ਕੁਛ ਵੀ ਨਹੀਂ